ਇਹ ਗੱਲ ਬਿਲਕੁਲ ਸੱਚ ਹੈ ਕਿ ਕੁੱਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਵਫਾਦਾਰ ਜਾਨਵਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਇਨਸਾਨ ਬਹੁਤ ਜਲਦੀ ਆਪਣਾ ਦੋਸਤ ਬਣਾ ਸਕਦਾ ਹੈ। ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਰ ਇੱਕ ਕੁੱਤੇ ਨੂੰ ਆਪਣਾ ਦੋਸਤ ਬਣਾ ਸਕਦੇ ਹੋ ਜਾਂ ਉਸ ਦੇ ਨੇੜੇ ਜਾ ਸਕਦੇ ਹੋ ਤਾਂ ਇੱਥੇ ਤੁਸੀਂ ਗਲਤ ਹੋ, ਕਿਉਂਕਿ ਇਸ ਦੁਨੀਆ ਦੇ ਵਿੱਚ ਅਜਿਹੀਆਂ ਖਤਰਨਾਕ ਕੁੱਤਿਆਂ ਦੀਆਂ ਨਸਲਾਂ ਪਾਈਆਂ ਜਾਂਦੀਆਂ ਨੇ ਜਿਨ੍ਹਾਂ ਬਾਰੇ ਜਾਣ ਕੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਤੇ ਤੁਸੀਂ ਹਰ ਇੱਕ ਕੁੱਤੇ ਦੇ ਕੋਲੋਂ ਜਾਣ ਤੋਂ ਡਰੋਗੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਦੁਨੀਆ ਦੇ ਸਭ ਤੋਂ ਖਤਰਨਾਕ 10 ਕੁੱਤਿਆਂ ਦੀਆਂ ਨਸਲਾਂ ਬਾਰੇ। ਇਹਨਾਂ ਦੇ ਵਿੱਚੋਂ ਕਈ ਕੁੱਤੇ ਤਾਂ ਅਜਿਹੇ ਨੇ ਜਿਨ੍ਹਾਂ ਨੂੰ ਕਈ ਦੇਸ਼ਾਂ ਦੇ ਵੱਲੋਂ ਬੈਨ ਕੀਤਾ ਗਿਆ ਹੈ। ਸੋ ਇਹ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ। ਇਹ ਲਿਸਟ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਰੋਟਬਿਲਰ। ਇਹ ਮਾਸੂਮ ਜਿਹਾ ਦੇਖਣ ਵਾਲਾ ਕੁੱਤਾ ਅਸਲ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੈ। ਤੁਹਾਨੂੰ ਹੈਰਾਨੀ ਹੋਵੇਗੀ ਕਿ ਪੈਟਬੁਲ ਤੋਂ ਬਾਅਦ ਸਭ ਤੋਂ ਵੱਧ ਇਨਸਾਨਾਂ ਦੀਆਂ ਜਾਨਾਂ ਇਸ ਰੋਟਵਾਈਲਰ ਨੇ ਹੀ ਲਈਆਂ ਨੇ। ਇਸ ਕਰਕੇ 2020 ਦੇ ਵਿੱਚ ਇਸ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਖਤਰਨਾਕ ਕੁੱਤਾ ਕਿਹਾ ਗਿਆ ਸੀ, ਕਿਉਂਕਿ ਇਸ ਨੇ ਇਕੱਲੇ ਅਮਰੀਕਾ ਦੇ ਵਿੱਚ ਹੀ 55 ਲੋਕਾਂ ਨੂੰ ਮਾਰ ਦਿੱਤਾ ਸੀ। ਵੈਸੇ ਤਾਂ ਇਹ ਕੁੱਤੇ ਕੱਦ ਦੇ ਵਿੱਚ ਬਹੁਤ ਛੋਟੇ ਹੁੰਦੇ ਨੇ, ਪਰ ਇਹਨਾਂ ਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਹਨਾਂ ਦੀ ਪਕੜ ਵੀ ਕਾਫੀ ਜ਼ਿਆਦਾ ਮਜ਼ਬੂਤ ਹੁੰਦੀ ਹੈ ਤੇ ਜੇਕਰ ਇਹ ਕਿਸੇ ਚੀਜ਼ ਨੂੰ ਫੜ ਲੈਣ ਤਾਂ ਇਹਨਾਂ ਤੋਂ ਕੋਈ ਵੀ ਉਸ ਚੀਜ਼ ਨੂੰ ਆਸਾਨੀ ਦੇ ਨਾਲ ਛੁਡਾ ਨਹੀਂ ਸਕਦਾ। ਜੇਕਰ ਇਹਨਾਂ ਨੂੰ ਬਚਪਨ ਤੋਂ ਹੀ ਪ੍ਰੋਪਰ ਟ੍ਰੇਨਿੰਗ ਨਾ ਦਿੱਤੀ ਜਾਵੇ ਤਾਂ ਇਹ ਆਪਣੇ ਮਾਲਕ ਉੱਤੇ ਹੀ ਹਾਵੀ ਹੋ ਜਾਂਦੇ ਨੇ ਤੇ ਫਿਰ ਇਹਨਾਂ ਤੋਂ ਬਚਣਾ ਬਹੁਤ ਜ਼ਿਆਦਾ ਮੁਸ਼ਕਲ ਹੈ। ਨੰਬਰ 2 ਤੇ ਹੈ ਜੀ ਕੌਸੀਕਿਊਨ ਸ਼ੈਫਰਡ। ਇਹ ਕੁੱਤਿਆਂ ਦੀ ਨਸਲ ਦੁਨੀਆ ਦੇ ਸਭ ਤੋਂ ਵੱਡੇ ਕੁੱਤਿਆਂ ਦੀ ਨਸਲ ਦੇ ਵਿੱਚੋਂ ਇੱਕ ਹੈ। ਇਹਨਾਂ ਦਾ ਵਜ਼ਨ ਲਗਭਗ 45 ਤੋਂ 70 ਕਿਲੋਗ੍ਰਾਮ ਤੱਕ ਹੁੰਦਾ ਹੈ ਤੇ ਇਹ ਜ਼ਿਆਦਾਤਰ ਰਸ਼ੀਆ ਤੇ ਉਸ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਹੀ ਪਾਏ ਜਾਂਦੇ ਨੇ। ਇਹਨਾਂ ਕੁੱਤਿਆਂ ਨੂੰ ਵੀ ਬਚਪਨ ਤੋਂ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਕਿਉਂਕਿ ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਇਹ ਆਪਣੇ ਮਾਲਕ ਦੇ ਲਈ ਹੀ ਖਤਰਾ ਬਣ ਜਾਂਦੇ ਨੇ। ਇਹ ਕੁੱਤਾ ਮਾਲਕ ਤੇ ਉਸ ਦੇ ਪਰਿਵਾਰ ਦੇ ਨਾਲ ਨਾਲ ਉਸ ਦੀ ਪ੍ਰਾਪਰਟੀ ਨੂੰ ਵੀ ਆਪਣੀ ਪ੍ਰਾਪਰਟੀ ਸਮਝਣ ਲੱਗ ਜਾਂਦਾ ਹੈ ਤੇ ਉਸ ਦੀ ਸਿਕਿਉਰਿਟੀ ਦੇ ਵਿੱਚ ਲੱਗਿਆ ਰਹਿੰਦਾ ਹੈ ਤੇ ਜਿਵੇਂ ਹੀ ਇਸ ਨੂੰ ਕਿਸੇ ਅਣਜਾਣ ਵਿਅਕਤੀ ਤੋਂ ਖਤਰਾ ਮਹਿਸੂਸ ਹੁੰਦਾ ਹੈ ਤਾਂ ਇਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਉਸ ਦੇ ਉੱਪਰ ਹਮਲਾ ਕਰ ਦਿੰਦਾ ਹੈ ਤੇ ਜਦੋਂ ਇਹ ਕੁੱਤਾ ਇੱਕ ਵਾਰ ਹਮਲਾ ਕਰ ਦੇਵੇ ਤਾਂ ਉਸ ਤੋਂ ਬਾਅਦ ਇਸ ਦਾ ਮਾਲਕ ਵੀ ਇਸ ਕੁੱਤੇ ਨੂੰ ਨਹੀਂ ਰੋਕ ਸਕਦਾ। ਇਹ ਕੁੱਤਾ ਪਹਿਲਾਂ ਜਾਨਵਰਾਂ ਦੇ ਫਾਰਮਾਂ ਦੇ ਵਿੱਚ ਪਾਲਿਆ ਜਾਂਦਾ ਸੀ ਤੇ ਹੌਲੀ ਹੌਲੀ ਲੋਕ ਇਸ ਨੂੰ ਆਪਣੇ ਘਰ ਦੇ ਵਿੱਚ ਪਾਲਤੂ ਬਣਾਉਣ ਲੱਗ ਗਏ। ਇਸ ਤੋਂ ਅਗਲੀ ਨਸਲ ਹੈ ਜੀ ਵੁਲਫ ਹਾਈਬ੍ਰਿਡ। ਇਸ ਨਸਲ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ, ਕਿਉਂਕਿ ਇੰਨੀ ਜ਼ਿਆਦਾ ਖਤਰਨਾਕ ਹੈ ਕਿ ਇਸ ਨੂੰ ਅਮਰੀਕਾ ਦੇਸ਼ ਨੇ ਬੈਨ ਕੀਤਾ ਹੋਇਆ ਹੈ। ਕੁੱਤਿਆਂ ਦੀ ਇਹ ਨਸਲ ਵੈਸੇ ਜਰਮਨੀ ਅਤੇ ਯੂਰਪ ਦੇ ਵਿੱਚ ਹੀ ਪਾਈ ਜਾਂਦੀ ਹੈ ਤੇ ਸੁਭਾਅ ਪੱਖੋਂ ਬਹੁਤ ਹੀ ਜ਼ਿਆਦਾ ਗੁੱਸੇ ਵਾਲੇ ਹੁੰਦੇ ਨੇ। ਇਹਨਾਂ ਕੁੱਤਿਆਂ ਦੀ ਸਭ ਤੋਂ ਅਜੀਬ ਗੱਲ ਇਹ ਹੈ ਕਿ ਇਹ ਦੂਜੇ ਕੁੱਤਿਆਂ ਨੂੰ ਜਦੋਂ ਆਪਣੇ ਗੈਂਗ ਦੇ ਵਿੱਚ ਸ਼ਾਮਲ ਕਰਦੇ ਨੇ ਤਾਂ ਉਹਨਾਂ ਦੇ ਦੰਦਾਂ ਨੂੰ ਚੱਟਦੇ ਨੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੁੱਤੇ ਜਦੋਂ ਕਿਸੇ ਇਨਸਾਨ ਨੂੰ ਆਪਣਾ ਸਾਥੀ ਬਣਾਉਂਦੇ ਨੇ ਤਾਂ ਉਸ ਦੇ ਵੀ ਦੰਦਾਂ ਨੂੰ ਚੱਟਦੇ ਨੇ। ਜੇਕਰ ਕੋਈ ਇਨਸਾਨ ਅਜਿਹਾ ਕਰਨ ਤੋਂ ਮਨਾ ਕਰ ਦਿੰਦਾ ਹੈ ਤਾਂ ਇਹ ਉਸ ਦਾ ਚਿਹਰਾ ਚਬਾ ਜਾਂਦੇ ਨੇ। ਇਹ ਕੁੱਤੇ ਆਪਣੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਜ਼ਿਆਦਾ ਆਕਰਾਮਕ ਹੁੰਦੇ ਨੇ। ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਕੋਈ ਇਹਨਾਂ ਦੀਆਂ ਚੀਜ਼ਾਂ ਨੂੰ ਇਹਨਾਂ ਤੋਂ ਦੂਰ ਕਰ ਰਿਹਾ ਹੈ ਤਾਂ ਇਹ ਉਸ ਤੇ ਹਮਲਾ ਕਰ ਦਿੰਦੇ ਨੇ। ਇਹ ਕੁੱਤੇ ਜਦੋਂ ਕਿਸੇ ਤੇ ਹਮਲਾ ਕਰਦੇ ਨੇ ਤਾਂ ਪੂਰੀ ਤਾਕਤ ਦੇ ਨਾਲ ਹਮਲਾ ਕਰਦੇ ਨੇ ਤੇ ਅੱਜ ਤੱਕ ਇਹ ਕੁੱਤੇ 15 ਲੋਕਾਂ ਦੀ ਜਾਨ ਲੈ ਚੁੱਕੇ ਨੇ। ਇਸ ਤੋਂ ਬਾਅਦ ਆਉਂਦਾ ਹੈ ਜੀ ਚਾਓ ਚਾਓ। ਇਸ ਕੁੱਤੇ ਦਾ ਚਿਹਰਾ ਦੇਖ ਕੇ ਤੁਸੀਂ ਇਸ ਤੋਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਕਿੰਨਾ ਜ਼ਿਆਦਾ ਗੁੱਸੇ ਵਾਲਾ ਹੈ। ਇਹ ਦੇਖਣ ਦੇ ਵਿੱਚ ਕਾਫੀ ਜ਼ਿਆਦਾ ਕਿਊਟ ਹੈ ਤੇ ਇਸ ਦੇ ਵੱਡੇ ਵੱਡੇ ਸੌਫਟ ਵਾਲਾਂ ਕਰਕੇ ਲੋਕ ਇਸ ਨੂੰ ਆਪਣੇ ਘਰ ਦੇ ਵਿੱਚ ਪਾਲਣਾ ਪਸੰਦ ਕਰਦੇ ਨੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਨਸਲ 2000 ਤੋਂ 3000 ਸਾਲ ਪੁਰਾਣੀ ਹੈ ਤੇ ਇਹ ਸਾਈਬੇਰੀਆ ਦੇ ਵਿੱਚ ਪਾਈ ਜਾਂਦੀ ਹੈ। ਇਹਨਾਂ ਕੁੱਤਿਆਂ ਦਾ ਕੱਦ 55 ਸੈਂਟੀਮੀਟਰ ਤੱਕ ਹੁੰਦਾ ਹੈ, ਭਾਰ 35 ਕਿਲੋਗ੍ਰਾਮ ਤੱਕ ਹੁੰਦਾ ਹੈ ਤੇ ਇਹਨਾਂ ਦੇ ਸਰੀਰ ਤੇ ਸੰਘਣੇ ਵਾਲਾਂ ਦੇ ਕਾਰਨ ਯੂਰਪ ਦੇ ਵਿੱਚ ਲੋਕ ਇਹਨਾਂ ਨੂੰ ਘਰੇ ਪਾਲਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਪਰ ਇਹ ਸਾਈਬੇਰੀਅਨ ਕੁੱਤੇ ਦੀ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਹ ਅਟੈਂਸ਼ਨ ਭਾਲਣ ਵਾਲਾ ਕੁੱਤਾ ਹੈ ਕਿ ਜਦੋਂ ਇਸ ਨੂੰ ਲੱਗਦਾ ਹੈ ਕਿ ਇਸ ਨੂੰ ਘੱਟ ਅਟੈਂਸ਼ਨ ਮਿਲ ਰਹੀ ਹੈ ਤਾਂ ਇਹ ਆਪਣੇ ਮਾਲਕ ਦੇ ਉੱਤੇ ਹੀ ਹਮਲਾ ਕਰ ਦਿੰਦਾ ਹੈ। ਇਸ ਤੋਂ ਬਾਅਦ ਆਉਂਦਾ ਹੈ ਜੀ ਅਮਰੀਕਨ ਪੈਟਬੁਲ ਟੈਰੀਅਰ। ਇਹ ਨਸਲ 19ਵੀਂ ਸਦੀ ਦੇ ਮੱਧ ਦੇ ਵਿੱਚ ਤਿਆਰ ਕੀਤੀ ਗਈ ਸੀ। ਇਹ ਨਸਲ ਦੇ ਕੁੱਤੇ ਓਲਡ ਟੈਰੀਅਰ ਡੌਗ ਅਤੇ ਓਲਡ ਟੈਰੀਅਰ ਬੁਲਡੌਗ ਦੀ ਨਸਲ ਨੂੰ ਕ੍ਰਾਸ ਬਰੀਡਿੰਗ ਕਰਕੇ ਤਿਆਰ ਕੀਤੀ ਗਈ ਸੀ। ਇਹਨਾਂ ਕੁੱਤਿਆਂ ਦੀ ਔਸਤਨ ਉਮਰ 12 ਤੋਂ ਲੈ ਕੇ 14 ਸਾਲ ਹੁੰਦੀ ਹੈ, ਪਰ ਇਸ ਦੇ ਵਿੱਚ ਇਹਨਾਂ ਕੁੱਤਿਆਂ ਨੂੰ ਬਹੁਤ ਜ਼ਿਆਦਾ ਚਮੜੀ ਦੀਆਂ ਬਿਮਾਰੀਆਂ ਤੇ ਅਲਰਜੀ ਲਗਾਤਾਰ ਹੁੰਦੀ ਰਹਿੰਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੁੱਤਾ ਇਨਸਾਨ ਅਤੇ ਜਾਨਵਰਾਂ ਦੇ ਵਿੱਚ ਬਿਲਕੁਲ ਵੀ ਫਰਕ ਨਹੀਂ ਰੱਖਦਾ ਤੇ ਹਰ ਇੱਕ ਦੇ ਉੱਤੇ ਹਮਲਾ ਕਰ ਦਿੰਦਾ ਹੈ। ਇਸ ਕਰਕੇ ਇਹ ਨਸਲ ਨੂੰ ਵੀ ਕਈ ਦੇਸ਼ਾਂ ਦੇ ਵਿੱਚ ਬੈਨ ਕੀਤਾ ਗਿਆ ਹੈ। ਇਸ ਤੋਂ ਬਾਅਦ ਆਉਂਦੀ ਹੈ ਜੀ ਅਲਾਸਕਨ ਮਾਲਾ ਮੋਟਸ। ਇਹ ਕੁੱਤਿਆਂ ਦੀ ਨਸਲ ਨੂੰ ਦੁਨੀਆ ਦੀ ਸਭ ਤੋਂ ਜ਼ਿਆਦਾ ਖਤਰਨਾਕ ਨਸਲ ਮੰਨਿਆ ਗਿਆ ਹੈ। ਇਹ ਕੁੱਤੇ ਬਹੁਤ ਜ਼ਿਆਦਾ ਗੁੱਸੇ ਵਾਲੇ ਹੁੰਦੇ ਨੇ ਤੇ ਗੁੱਸਾ ਆਉਣ ਤੇ ਆਪਣੇ ਸਾਹਮਣੇ ਮੌਜੂਦ ਇਹ ਕਿਸੇ ਵੀ ਚੀਜ਼ ਦੇ ਉੱਪਰ ਹਮਲਾ ਕਰ ਦਿੰਦੇ ਨੇ। ਇਹਨਾਂ ਕੁੱਤਿਆਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਹਰ ਇੱਕ ਮੌਸਮ ਦੇ ਵਿੱਚ ਬਹੁਤ ਆਸਾਨੀ ਦੇ ਨਾਲ ਢਲ ਜਾਂਦੇ ਨੇ। ਅੱਜ ਬਹੁਤ ਸਾਰੇ ਪਹਾੜੀ ਇਲਾਕਿਆਂ ਦੇ ਵਿੱਚ ਇਹਨਾਂ ਦੀ ਵਰਤੋਂ ਭੇਡਾਂ ਤੇ ਰੇਨਡੀਅਰ ਨੂੰ ਚਰਾਉਣ ਦੇ ਵਿੱਚ ਕੀਤੀ ਜਾਂਦੀ ਹੈ, ਕਿਉਂਕਿ ਇਹ ਕੁੱਤੇ ਭੇਡਾਂ ਤੇ ਰੇਨਡੀਅਰ ਨੂੰ ਹੋਰ ਦੂਜੇ ਸ਼ਿਕਾਰੀਆਂ ਤੋਂ ਬਚਾਉਂਦੇ ਨੇ। ਵੈਸੇ ਤਾਂ ਤੁਸੀਂ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਵੀ ਪਾਲ ਸਕਦੇ ਹੋ, ਪਰ ਜੇਕਰ ਤੁਸੀਂ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਕਿ ਇਹਨਾਂ ਨੂੰ ਕਦੇ ਵੀ ਇਕੱਲੇ ਘਰ ਦੇ ਵਿੱਚ ਨਾ ਛੱਡਿਓ, ਕਿਉਂਕਿ ਇਕੱਲੇ ਹੋਣ ਤੇ ਇਹਨਾਂ ਦਾ ਸੁਭਾਅ ਬਹੁਤ
ਹੁੰਦਾ ਹੈ। ਇਹ ਕੁੱਤੇ ਸਪੈਸ਼ਲੀ ਸ਼ਿਕਾਰ ਕਰਨ ਦੇ ਲਈ ਵਰਤੇ ਜਾਂਦੇ ਨੇ ਤੇ ਜਦੋਂ ਵੀ ਇਹ ਕਿਸੇ ਜੀਵ ਦੇ ਉੱਪਰ ਹਮਲਾ ਕਰ ਦਿੰਦੇ ਨੇ ਤੇ ਇਹ ਉਸ ਨੂੰ ਉਦੋਂ ਤੱਕ ਨਹੀਂ ਛੱਡਦੇ ਜਦੋਂ ਤੱਕ ਉਸ ਦੀ ਜਾਨ ਨਾ ਨਿਕਲ ਜਾਵੇ। ਹਾਲਾਂਕਿ ਜੇਕਰ ਇਹਨਾਂ ਨੂੰ ਚੰਗੀ ਟ੍ਰੇਨਿੰਗ ਮਿਲੇ ਤਾਂ ਇਹਨਾਂ ਨੂੰ ਘਰ ਦੇ ਵਿੱਚ ਵੀ ਰੱਖਿਆ ਜਾ ਸਕਦਾ ਹੈ ਤੇ ਇਹ ਬਹੁਤ ਵਧੀਆ ਗਾਰਡ ਡੌਗ ਬਣਦੇ ਨੇ। ਅੱਗੇ ਆਉਂਦੇ ਨੇ ਜੀ ਡੋਬਰਮੈਨ ਪੈਂਚਰਸ। ਇਹ ਨਸਲ ਦੇ ਕੁੱਤੇ ਬਹੁਤ ਹੀ ਜ਼ਿਆਦਾ ਇਮਾਨਦਾਰ ਅਤੇ ਅਗਰੈਸਿਵ ਕਿਸਮ ਦੇ ਹੁੰਦੇ ਨੇ। ਜੇਕਰ ਕੋਈ ਇਹਨਾਂ ਨੂੰ ਉਕਸਾਵੇ ਤਾਂ ਇਹ ਤੁਰੰਤ ਉਸ ਦੇ ਉੱਪਰ ਚੜ ਜਾਂਦੇ ਨੇ ਤੇ ਸਾਹਮਣੇ ਵਾਲੇ ਇਨਸਾਨ ਦੇ ਉੱਪਰ ਹਮਲਾ ਕਰ ਦਿੰਦੇ ਨੇ। ਅਜਿਹਾ ਨਹੀਂ ਹੈ ਕਿ ਇਹ ਕੁੱਤੇ ਹਰ ਸਮੇਂ ਹੀ ਖਤਰਨਾਕ ਬਣੇ ਰਹਿੰਦੇ ਨੇ। ਜੇਕਰ ਇਹਨਾਂ ਦੀ ਪ੍ਰੋਪਰ ਟ੍ਰੇਨਿੰਗ ਕੀਤੀ ਜਾਵੇ ਤਾਂ ਇੱਕ ਬਹੁਤ ਵਧੀਆ ਜੈਂਟਲ ਸੁਭਾਅ ਵਾਲੇ ਬਣ ਜਾਂਦੇ ਨੇ। ਪਰ ਫਿਰ ਵੀ ਅੱਜ ਦੇ ਸਮੇਂ ਇਹ ਦੁਨੀਆ ਦੇ ਸਭ ਤੋਂ ਜ਼ਿਆਦਾ ਖਤਰਨਾਕ ਕੁੱਤਿਆਂ ਦੀ ਲਿਸਟ ਦੇ ਵਿੱਚ ਆਉਂਦੇ ਨੇ। ਇਸ ਤੋਂ ਬਾਅਦ ਆਉਂਦਾ ਹੈ ਜੀ ਬਾਕਸਰ ਡੌਗ। ਜਰਮਨੀ ਦੇ ਵਿੱਚ ਪਾਇਆ ਜਾਣ ਵਾਲਾ ਇਹ ਕੁੱਤਾ ਦੁਨੀਆ ਦੇ ਸਭ ਤੋਂ ਜ਼ਿਆਦਾ ਤਾਕਤਵਰ ਕੁੱਤਿਆਂ ਦੀ ਲਿਸਟ ਦੇ ਵਿੱਚ ਟੌਪ ਤੇ ਆਉਂਦਾ ਹੈ। ਇਹ ਕੁੱਤੇ ਦਾ ਭਾਰ ਲਗਭਗ 20 ਕਿਲੋ ਤੋਂ 30 ਕਿਲੋਗ੍ਰਾਮ ਤੱਕ ਹੁੰਦਾ ਹੈ ਤੇ ਬਚਪਨ ਤੋਂ ਹੀ ਇਹ ਕੁੱਤੇ ਬਹੁਤ ਜ਼ਿਆਦਾ ਗੁੱਸੇਲ ਸੁਭਾਅ ਦੇ ਮਾਲਕ ਹੁੰਦੇ ਨੇ, ਜਿਸ ਕਰਕੇ ਇਹਨਾਂ ਕੁੱਤਿਆਂ ਦੀ ਟ੍ਰੇਨਿੰਗ ਕਰਨਾ ਵੀ ਕਾਫੀ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹਨਾਂ ਕੁੱਤਿਆਂ ਨੂੰ ਆਪਣੇ ਮਾਲਕ ਦੇ ਚਿਹਰੇ ਤੋਂ ਬਿਨਾਂ ਹੋਰ ਕਿਸੇ ਦਾ ਚਿਹਰਾ ਯਾਦ ਹੀ ਨਹੀਂ ਰਹਿੰਦਾ ਤੇ ਅਣਜਾਣ ਆਦਮੀ ਦੇਖ ਕੇ ਤੁਰੰਤ ਉਸ ਦੇ ਉੱਪਰ ਹਮਲਾ ਕਰ ਦਿੰਦੇ ਨੇ। ਇਸ ਕਰਕੇ ਕੋਈ ਵੀ ਇਹਨਾਂ ਦੇ ਨੇੜੇ ਤੇੜੇ ਨਹੀਂ ਜਾਂਦਾ। ਇਸ ਤੋਂ ਅਗਲੇ ਨੇ ਜੀ ਬੋਰਬੋਲਸ ਡੌਗ। ਇਹ ਕੁੱਤੇ ਘਰਾਂ ਦੇ ਵਿੱਚ ਰਖਵਾਲੀ ਦੇ ਲਈ ਪਾਲੇ ਜਾਂਦੇ ਨੇ ਤੇ ਦੁਨੀਆ ਦੀ ਇਹ ਖਤਰਨਾਕ ਕੁੱਤਿਆਂ ਦੀ ਨਸਲ ਸਾਊਥ ਅਫਰੀਕਾ ਦੇ ਵਿੱਚ ਪਾਈ ਜਾਂਦੀ ਹੈ। ਇਹਨਾਂ ਕੁੱਤਿਆਂ ਨੂੰ ਆਪਣੇ ਇਲਾਕੇ ਦੇ ਵਿੱਚ ਕਿਸੇ ਵੀ ਅਣਜਾਣ ਬੰਦੇ ਦੀ ਜਾਂ ਕਿਸੇ ਵੀ ਅਣਜਾਣ ਜਾਨਵਰ ਦੀ ਘੁਸਪੈਠ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਤੇ ਜਦੋਂ ਵੀ ਕੋਈ ਅਜਿਹਾ ਕਰਦਾ ਹੈ ਤਾਂ ਇਹ ਤੁਰੰਤ ਉਸ ਦੇ ਉੱਪਰ ਹਮਲਾ ਕਰ ਦਿੰਦੇ ਨੇ, ਜਿਸ ਕਾਰਨ ਇਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਅਤੇ ਗੁੱਸੇ ਵਾਲੇ ਮੰਨਿਆ ਜਾਂਦਾ ਹੈ। ਇਹ ਸਾਂਝੀ ਦੁਨੀਆ ਦੀਆਂ ਸਭ ਤੋਂ ਖਤਰਨਾਕ ਕੁੱਤਿਆਂ ਦੀਆਂ ਨਸਲਾਂ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।